ਹਾਂਜੀ, ਅਸਲਾਮ ਵਾਲੇਕੁਮ ਜੀ। ਕੀ ਹਾਲ ਚਾਲ ਸਾਡੇ ਦੋਸਤਾਂ ਦਾ? ਸੋ ਅੱਜ ਹੈਗਾ ਜੀ ਮੰਡੇ, ਅਤੇ ਅੱਜ ਆਪਣੇ ਸਕੂਲ ਹੈਗਾ ਜੀ ਨੋ ਬੈਕ ਡੇ। ਅਤੇ ਜਿੱਦਾਂ ਕਿ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਹੋਇਆ, ਅਤੇ ਸਾਡੀ ਯੂਨੀਵਰਸਿਟੀ ਵਾਲੇ ਕਹਿੰਦੇ ਅਸੀਂ ਕਾਹਤੋਂ ਪਿੱਛੇ ਰਹਿ ਜਾਈਏ, ਅਤੇ ਅੱਜ ਉਹ ਆ ਜੀ। ਅਤੇ ਦਿਲ ਤਾਂ ਉੱਦਾਂ ਨਹੀਂ ਕਰ ਰਿਹਾ ਯੂਨੀਵਰਸਿਟੀ ਜਾਣ ਨੂੰ। ਪਿਛਲਾ ਜਿਹੜਾ ਪੂਰਾ ਹਫ਼ਤਾ ਵਾ, ਉਹ ਵਿੱਚੋਂ 3-4 ਦਿਨ ਯੂਨੀਵਰਸਿਟੀ ਗਿਆ, ਉਸ ਤੋਂ ਬਾਅਦ ਜਿਵੇਂ ਰਾਤ ਵਾਲੇ ਦਿਨ ਚਲਾ ਗਿਆ ਜੀ ਲਾਹੌਰ, ਅਤੇ ਰਾਤੀਂ ਆਇਆ ਉਦੋਂ ਵਾਪਸ ਲਾਹੌਰ। ਕਾਹਤੋਂ ਗਿਆ ਉਹ ਵੀ ਦੱਸ ਦਿਆਂ ਤੁਹਾਨੂੰ। ਅਤੇ ਬਾਕੀ ਸਭ ਤੋਂ ਪਹਿਲਾਂ ਤੁਸੀਂ ਮੌਸਮ ਚੈੱਕ ਕਰੋ, ਬਾਰਿਸ਼ਾਂ ਬਹੁਤ ਹੋਈਆਂ, ਅਤੇ ਹਾਲੇ ਕੱਲ੍ਹ ਨੂੰ ਹਾਲੇ ਹੋਰ ਸ਼ੁਰੂ ਹੋਣੀਆਂ ਬਾਰਿਸ਼ਾਂ, ਬਲਕਿ ਅੱਜ ਰਾਤ ਤੋਂ। ਅਤੇ ਮੌਸਮ ਦੇਖੋ, ਲਓ ਜੀ ਸੁਬਹਾ ਦਾ ਬੱਦਲ ਸੀਗਾ, ਹੁਣ ਫਿਰ ਦੁਬਾਰਾ ਬੱਦਲ ਚਲਾ ਗਿਆ ਵਾ। ਸ਼ਾਮ ਦਾ ਦੱਸਿਆ ਬਾਰਿਸ਼ਾਂ ਦਾ, ਸ਼ਾਮ ਨੂੰ ਅਤੇ ਕੱਲ੍ਹ ਸਾਰੀ ਦਿਹਾੜੀ ਬਾਰਿਸ਼ ਪੈਂਦੀ ਰਹਿਣੀ ਹੈ। ਲਓ ਜੀ ਆਹ ਹੈਗਾ ਜੀ ਆਪਣਾ ਲੈਪਟੋਪ, ਦਿਖਾਉਂਦਾ ਤੁਹਾਨੂੰ ਮੈਂ ਖੋਲ੍ਹ ਕੇ ਹੋਣੀ। ਇਹ ਲੈਪਟੋਪ ਲਿਆ ਜੀ ਆਪਾਂ ਆਪਣੀ ਯੂਟਿਊਬ ਵਾਸਤੇ ਐਡਿਟ ਕਰਨ ਲਈ। ਸਬਸਕ੍ਰਾਈਬ ਕਰ ਦਿਓ ਜੀ ਹੁਣ। ਲਓ ਜੀ ਇਹ ਹੈਗਾ ਜੀ ਆਪਣਾ ਲੈਪਟੋਪ, ਕੱਲ੍ਹ ਲੈ ਕੇ ਆਉਂਦਾ। ਬਾਕੀ ਥੱਲੇ ਕਮੈਂਟ ਦੇ ਵਿੱਚ ਦੱਸੋ ਜੀ ਕਿੱਦਾਂ ਦਾ ਵਾ। ਹਾਂਜੀ ਜੀ ਰੈਡੀ ਹੋ ਗਿਆ ਜੀ, ਅਤੇ ਹੁਣ ਚੱਲਦੇ ਹਾਂ ਯੂਨੀਵਰਸਿਟੀ। ਯੂਨੀਵਰਸਿਟੀ ਜਾਣ ਤੋਂ ਪਹਿਲੇ ਇੱਕ ਬੈਂਕ 'ਚ ਛੋਟਾ ਜਿਹਾ ਕੰਮ ਆ, ਉਹ ਕਰਕੇ ਅਤੇ ਫਿਰ ਕਿਸੇ 'ਤੇ ਜਾਵਾਂਗੇ ਯੂਨੀਵਰਸਿਟੀ। ਵਲੋਗ ਨਾਲ ਜੁੜੇ ਰਹੀਓ। ਬਾਕੀ ਇੱਧਰ ਆਹ ਆਪਣਾ ਹੋ ਰਿਹਾ ਜੀ ਸੋਫਟਵੇਅਰ ਡਾਊਨਲੋਡ, ਜਿਹੜਾ ਵੀਡੀਓ ਐਡੀਟਿੰਗ ਦਾ ਵਾ, ਅਤੇ ਦੂਸਰਾ ਜਿਹੜਾ ਵਾ ਆਪਣਾ ਲੈਪਟੋਪ ਦੇ ਅੰਦਰ ਉਹ ਕਰ ਲਿਆ ਵਾ। ਜਿੱਥੋਂ ਥੰਬਨੇਲ ਵਗੈਰਾ ਐਡਿਟ ਹੁੰਦੇ ਉਹ ਤੁਹਾਨੂੰ ਯੂਨੀਵਰਸਿਟੀਓਂ ਆ ਕੇ ਮੈਂ ਸਾਰਾ ਦਿਖਾਊਂਗਾ ਕਿਹੜਾ ਕਿਹੜਾ ਸੋਫਟਵੇਅਰ ਆ ਅਤੇ ਕਿੱਦਾਂ ਕਿੱਦਾਂ ਆਪਾਂ ਐਡਿਟ ਕਰਨੀ ਹੈ। ਅਤੇ ਹੁਣ ਚੱਲਦੇ ਹਾਂ ਜੀ ਯੂਨੀਵਰਸਿਟੀ। ਮੀਆਂ ਇਸਾਫਾ ਲੈ ਕੇ ਆਇਆ ਬਾਈ ਕੱਪੜੇ ਪਹਿਲੀ ਵਾਰੀ। ਅੱਛਾ ਉਹ ਸੱਚ ਪਹਿਲੀ ਵਾਰੀ ਸੂਟ ਮੈਂ ਤਾਂ ਹੁਣ ਵੇਖਿਆ। ਹਾਂ ਭਾਈ ਤੂੰ ਕੀ ਲੈ ਕੇ ਆਇਆ? ਟਾਇਰ ਨਾਲ ਸੋਟਾ ਉਹ ਪਿੰਡਾਂ ਦੇ ਨਿਆਣੇ ਨੀ ਲਈ ਫਿਰਦੇ ਹੁੰਦੇ, ਉਹ ਲੈ ਕੇ ਆਇਆ ਮੀਆਂ ਫਕੜ।
ਉਹ ਬਸ ਹਵੇ ਨੂੰ ਚੁੱਕੀ ਜਾਂਦੇ ਆ ਯਾਰ, ਹਵੇ ਧੋਖਾ ਹੋ ਗਿਆ ਆ, ਨੋ ਬੈਗ ਡੇ ਜੇ ਪਤਾ ਨੀ ਕੀ ਰਹੀ ਫਿਰ ਨਿਆਣਾ ਇਹਨਾਂ ਕੋਲ ਕਿਸੇ ਕੋਲ ਵੀ ਹੈ ਨੀ ਗਾ, ਨਹੀਂ ਉਹ ਕਹਿ ਰਹੇ ਹੈ ਨੀ ਗਾ ਸਾਨੂੰ ਜ਼ਰੂਰਤ ਆ ਬੱਚੇ ਦੀ। ਲਓ ਜੀ ਆਹ ਸੀਨ ਆ ਜੀ ਸਾਰਾ, ਨੋ ਬੈਗ ਪੈਕ ਡੇ ਦਾ ਗਾਣੇ ਪਤਾ ਨੀ ਮੀਆਂ ਕੀ ਕਰਨ ਗਿਆ ਆਪਣੇ ਨਾਲ, ਭਾਵੇਂ ਕਾਪੀਰਾਈਟ ਸਟ੍ਰਾਈਕ ਪਾ ਦੇ। ਬਾਕੀ ਜੀ ਮੈਂ ਤੇ ਮੀਆਂ ਕੁਛ ਨੀ ਲੈ ਕੇ ਆਏ ਆ, ਕਿਉਂ ਮੀਆਂ? ਨਾ ਭਾਈ ਕੁਛ ਨਹੀਂ ਲੈ ਕੇ, ਆਪਣੇ ਵਾਲਾ ਕੋਈ ਕੰਮ ਕਾਰ ਕਰਦਾ ਹੋਣਾ। ਵਾਹ ਜੀ ਵਾਹ, ਮੀਆਂ ਸਾਹਿਬ ਬੈਠੋ ਤੁਸੀਂ, ਹੁਣ ਮੈਂ ਝੱਟ ਬਹਿ ਲਿਆ, ਹੁਣ ਤੂੰ ਬਹਿ। ਮੌਸਮ ਵੀ ਚੰਗਾ ਹੈ, ਆ ਲੋ ਹਬੀਬੀ ਫੜਿਆ ਗਿਆ, ਚੋਰੀ ਕਰਦਾ ਫੜਿਆ ਗਿਆ, ਇਹ ਗੌਨ ਜਿਹਾ ਚੱਕ ਕੇ ਭੱਜਣ ਦਿਆ ਸੀ। ਇਹ ਕੀ ਤਰਾਨਾ ਹੋਣ ਲੱਗਾ ਹੁਣ? ਮੈਂ ਵੀ ਖੜਾ ਹਾਂ ਯਾਰ, ਲੱਡਾ ਸਾਹਿਬ ਤੂੰ ਨੀ ਲੈ ਕੇ ਆਇਆ ਕੁਛ? ਕੀ ਲੱਡੂ ਬਣਾ ਕੇ ਲਿਆਏ ਨਾਲ ਸ਼ੈਂਟਾ? ਲੱਕੜ ਦਾ ਲਾਡੂ ਆ, ਕਿਸੇ ਨੇ ਖੜਕਾ ਨਾ ਦਈਓ, ਚਲਾਉਂਦਾ ਨੀ ਯਾਰ, ਵਿੱਚ ਗਾਣਾ ਕੱਢੀ ਜਾਣ ਦਿਆ ਵੇ। ਹਾਫੇ ਉਰਿਆ ਯਾਰ, ਆ ਕਲਾਸ਼ਨ ਕਿਹਦੀ ਆ, ਉਰੇ ਫੜਾਈ ਨੂੰ ਜ਼ਰਾ। ਅੱਛਾ ਤੇ ਆਪਸ ਆ ਕੀ ਕਰਨੀ, ਬੰਦੂਕ ਕੀ ਕਰਨੀ ਹੈ? ਇਹ ਟੁੱਟ ਜਾਣੀ ਆ, ਤੇ ਜਿਹਦੇ ਨਿਆਣੇ ਦੀ ਹੋਈ ਤੈਨੂੰ ਗਾਲਾਂ ਬਹੁਤ ਕਰਨੀਆਂ ਚਾਹੀਦੀ। ਆਹ ਹਾਫੇ ਨਿਆਣਾ ਹੀ ਆ, ਇਹ ਹਾਫੇ ਦੀ ਆ, ਇਹ ਆਪ ਨਿਆਣਾ ਹਾਫੇ ਜੇ। ਓਏ ਹੋਏ ਹੋਏ ਕਰ, ਹੁਣ ਮੇਰੇ ਵੱਲ ਨਾ ਸਿੱਧੀ ਕਰਦੀ। ਓ ਓ ਓ ਓ ਬਸ ਓਏ ਹਾਫੇ ਨੂੰ ਕਮਾਈ ਜ਼ਰਾ, ਲੱਠੇ ਲੱਠੇ ਹਾਫੇ ਨੂੰ ਕਮਾਈ ਜ਼ਰਾ, ਗੜਦੇ ਇਹ ਕਿਹੜਾ ਮੰਗਣ ਦਾ ਤਰੀਕਾ ਚੋਰ ਸਾਹਿਬ? ਇਹ ਲੈ ਚੰਗਾ ਦੇ ਐਵੇਂ ਸਾਡੇ ਪਿੰਡ ਉਹ ਹੁੰਦੇ ਆਉਂਦੇ ਆਉਂਦੇ ਊਠੇ ਆਉਂਦੇ, ਹਾਂ ਇਹ ਊਠੀ ਆ, ਉਹ ਲੈਣ ਚ ਲੱਗੇ ਹੁੰਦੇ, ਆਹੋ ਟਰੱਕ ਵੀ ਜਾ ਰਿਹਾ ਵੇਖ ਲਓ, ਆਹੋ ਇਹ ਜੋਸ਼ ਹੈ ਪਿੱਛੇ ਡਿੱਗ ਦੀ ਚੱਕ ਲੈਂਦਾ। ਲਓ ਜੀ ਆ ਜੇ ਮਾਹੌਲ ਜੇ ਆਪਣੀ ਯੂਨੀਵਰਸਿਟੀ ਦਾ, ਤੇ ਆ ਤੂਤੀ ਭਾਜੀ ਵਾਲੇ, ਇਹ ਕੌਣ ਆ ਚੋਰੀ, ਆ ਕਿਉਂ ਲੱਗਾ? ਉਹ ਨਾ 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 ਗੁੱਸਾ ਨਾ ਕਰੀ ਯਾਰ, ਗਰੀਬ ਬੰਦੇ ਰੋਜ਼ੀ ਕਮਾਉਣ ਆਏ ਆ ਯਾਰ, ਰੋਜ਼ੀ ਕਮਾਉਣ ਆਏ, ਝੱਟ ਕਰ ਲੈਂਦੇ ਸ਼ੁਕਰ ਉਹਨਾਂ ਨੂੰ। ਉਹ ਲਟਿਆ ਉਹਦਾ ਉਹਦਾ ਉਹ ਆ ਤੁਰਗੁਤ ਵੀ ਆ ਗਿਆ ਯਾਰ, ਸਸਤਾ ਤੁਰਗੁਤ ਲੈ ਕੇ ਆਇਆ।
ਮੈਂ ਤੈਨੂੰ ਅੱਗੇ ਕਹਿਣ ਦੇ ਵੀ ਹਾਬੀ ਨੂੰ ਘੁਮਾ ਦੇ ਤੂੰ ਵੀ ਤਾਂ ਮਾਮਾ ਪਾਣੀ ਪਾਉਂਦੇ ਆ, ਤੂੰ ਬੜੀ ਕੋਈ ਕਲਾਸ਼ਰ ਫੜੀ। ਲਓ ਜੀ ਆਹ ਵੇਖ ਲਓ, ਹਾਂ ਚੌਧਰੀ ਜਿਹੜਾ ਵਾ ਕਹਿੰਦਾ ਮੈਂ ਲਾਟੂ ਚਲਾ ਲੂੰਗਾ ਤੇ ਚੌਧਰੀ ਹੁਣ ਵੇਖਦੇ ਚੱਲਦਾ ਕਿ ਨਹੀਂ। ਤੇ ਝੋਲਾ ਜਾ ਪਾ ਲਾ ਯਾਰ ਚੌਧਰੀ, ਨਾਲੇ ਗੋਲ ਜਿਹਾ ਬਟਨ ਹੋਣਾ ਉਹ ਤਸਵੀਰ ਖੇਚ ਚੱਲਦੇ ਪਾਣੀ ਵਾਲੇ ਗੁਬਾਰੇ ਆ ਗਏ, ਕਿਸਮਤ ਯਾਰ ਕਿਆ ਤੇਰੀ ਜਰੂਰਤ ਕਿੱਦਾਂ ਆਈ ਚੱਲ ਵਜੇ ਦੇ ਦੇ ਵਜੇ ਦੇ ਦੇ ਜਿਹੜੇ ਕਿਉਂ ਚੌਧਰੀ ਯਾਰ ਤੇਰੀ ਕਲਾਸ ਨੂੰ ਯਾਰ ਰੱਸੀ ਜੀ ਚੰਗੀ ਆ, ਕੋਈ ਫੈਰ ਨੀ ਕੱਢਿਆ ਵੇਖ ਲਾ ਹਾਂ ਠੰਡੀ ਪਈ ਹੈ ਕੋਕੀ ਪਾੜ ਗਈ ਆ ਯਾਰ ਇਹਦੇ ਨਾਲ। ਆਹ ਤੁਰਗੁਤ ਵੇਖ ਲਓ, ਚੱਲ ਤੁਰਗੁਤ ਇੱਧਰ ਖਲੋ ਕਾਰ ਦੂਸਰੀ ਚਲਾਏ